ਮਾਨਸਾ ਰਚਨਾ ਪ੍ਰਧਾਨ ਬਣਨਾ ਉਹ ਅਸਾਂ ਕੀਤੇ ਕਰਨਗੇ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਵੱਖ ਵੱਖ ਜਥੇਬੰਦੀਆਂ ਵੰਡੀਆਂ ਖਨੌਰੀ ਬਾਰਡਰ ਤੇ ਸੰਧੂ ਬਾਰਡਰ ਤੇ ਮਤ ਪੂਰੇ ਜਥੇਬੰਦੀਆਂ ਨਾਲ ਪਹੁੰਚੇ ਨੇ, ਪਰ ਕੁਛ ਜਿਹੜੇ ਜਥੇਬੰਦੀਆਂ ਨੇ ਉਹਨਾਂ ਵੱਲੋਂ ਟੂਲ ਪਲਾਜ਼ਾ ਨੂੰ ਰੋਕਿਆ ਗਿਆ। ਮੇਰਾ ਨਾਮ ਬਲਵਿੰਦਰ ਸਿੰਘ ਦੁੱਗਲ, ਜ਼ਿਲ੍ਹਾ ਮੀਤ ਪ੍ਰਧਾਨ, ਡਿਸਟ੍ਰਿਕਟ ਬਰਨਾਲਾ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਅੱਜ ਤੋਂ 3 ਸਾਲ ਪਹਿਲਾਂ ਜਿਹੜੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਸਾਡੇ 'ਤੇ ਥੋਪੇ ਸੀ, ਉਦੋਂ ਵੀ ਸਾਡੇ ਜਿਹੜੇ ਭਰਾ ਸੀ ਇਕੱਠੇ ਹੋ ਕੇ ਪੰਜਾਬ ਦੇ ਵਿੱਚੋਂ ਅਸੀਂ ਦਿੱਲੀ ਗਏ ਸੀ। ਹੁਣ ਚਲੋ ਕੁਛ ਜਥੇਬੰਦੀਆਂ ਨੇ ਸਾਡੇ ਸੰਯੁਕਤ ਮੋਰਚੇ ਨੂੰ ਜਿਹੜਾ ਮੈਸੇਜ ਆ ਉਹ ਨਹੀਂ ਦਿੱਤਾ, ਉਹ ਇਕੱਲੀਆਂ ਉੱਥੇ ਜਥੇਬੰਦੀਆਂ ਚਲੀਆਂ ਗਈਆਂ, ਪਰ ਅਸੀਂ ਜਿਹੜੇ ਸਾਡੇ ਉਹਨਾਂ ਜਥੇਬੰਦੀਆਂ ਦੇ ਨਾਲ ਸਾਡੇ ਕਿਸਾਨ ਭਰਾ ਗਏ ਆ, ਉਹਨਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਮੋਦੀ ਸਰਕਾਰ ਆ ਉਹ ਬਹੁਤ ਵੱਡਾ ਜਿਹੜਾ ਤਸੱਦਦ ਕਰ ਰਹੀ ਆ। ਅਸੀਂ ਉਹਨਾਂ ਦੇ ਰੋਸ ਦੇ ਵਿੱਚ, ਕਿਉਂਕਿ ਭਰਾ ਤਾਂ ਭਰਾ ਹੀ ਹੁੰਦੇ ਆ, ਜਿਹੜੇ ਸਾਡੇ ਨਾਲ ਉਹਨਾਂ ਦੇ ਜਥੇਬੰਦੀਆਂ ਨਾਲ ਗਏ ਆ ਉਹ ਸਾਡੇ ਭਰਾ ਨੇ, ਅਸੀਂ ਕਹਿ ਰਹੇ ਹਾਂ ਮੋਦੀ ਸਰਕਾਰ ਨੂੰ ਵੀ ਉਹ ਇਕੱਲੇ ਨਹੀਂ ਹੈ ਉੱਥੇ, ਸਾਨੂੰ ਕੋਈ ਵੀ ਉੱਥੋਂ ਕਾਲ ਆਉਂਦੀ ਆ ਸਾਡੇ ਸੰਯੁਕਤ ਮੋਰਚੇ ਨੂੰ ਉਸ ਹਿਸਾਬ ਦੇ ਨਾਲ ਅਸੀਂ ਫੈਸਲਾ ਕਰਕੇ ਉਹਨਾਂ ਦੇ ਪਿੱਛੇ ਵੀ ਜਾਵਾਂਗੇ, ਪਰ ਜਿੰਨਾ ਚਿਰ ਕੋਈ ਕਾਲ ਨਹੀਂ ਆਉਂਦੀ ਉਹ ਸਾਡੇ ਸੰਯੁਕਤ ਮੋਰਚੇ ਦੇ ਹੱਕ ਦੇ ਵਿੱਚ ਨਹੀਂ ਆਉਂਦੇ ਤਾਂ ਅਸੀਂ ਨਹੀਂ ਜਾਵਾਂਗੇ। ਜੇ ਉਹ ਕਹਿਣਗੇ ਤਾਂ ਅਸੀਂ ਜ਼ਰੂਰ ਜਾਵਾਂਗੇ ਉਸ ਦੇ ਨਾਲ, ਜੇ ਉਹਨਾਂ ਦੀ ਸਰਕਾਰ ਤਸੱਦਦ ਕਰਦੀ ਆ ਤਾਂ ਸਾਡਾ ਜਿਹੜਾ ਪੰਜਾਬ ਆ ਸਾਰਾ ਹਰਿਆਣਾ ਗਾ ਉਹ ਉਹਨਾਂ ਭਰਾਵਾਂ ਦੇ ਨਾਲ ਆ, ਉਹ ਉਹਨਾਂ ਨੇ ਕਿੱਡੇ ਕਿੱਡੇ ਬੈਰੀਗੇਟ ਆ ਜਿਹੜੇ ਦੇਖੋ ਤੁਸੀਂ ਵੀ ਲੈਂਟਰ ਪਾ ਕੇ ਵੀ ਉੱਥੇ ਇੱਕ ਬੰਨ੍ਹ ਬਣਾ ਤੇ, ਕੀ ਉਹ ਬੰਨ੍ਹ ਕਿਸਾਨਾਂ ਨੇ ਅੱਗੇ ਵੀ ਜੋ ਦਿੱਲੀ ਦੇ ਵਿੱਚ ਗਏ ਆ ਅਸੀਂ ਤੋੜਿਆ, ਕੀ ਹੁਣ ਨਹੀਂ ਤੋੜ ਸਕਣਗੇ? ਉਹ ਮੋਦੀ ਸਰਕਾਰ ਨੂੰ ਇੱਕ ਕਹਿ ਸਕਦਾ ਵੀ ਇੱਕ ਸਾਡਾ ਅਧਿਕਾਰ ਆ, ਅਸੀਂ ਜਿਹੜੇ ਚੁੱਪ ਚਪੀਤੇ ਕਿਸਾਨ ਉਹ ਦਿੱਲੀ ਦੇ ਵਿੱਚ ਜਾ ਰਹੇ ਆ, ਪਰ ਜੇ ਉਹ ਇੱਦਾਂ ਧੱਕਾ ਕਰਨਗੇ ਤਾਂ ਸਾਰਾ ਪੰਜਾਬ ਉਹਨਾਂ ਕਿਸਾਨ ਜਥੇਬੰਦੀਆਂ ਦੇ ਅਤੇ ਸਾਡੇ ਆਗੂਆਂ ਦੇ ਨਾਲ ਆ। ਇਹ ਜਿਹੜੀ ਆਪਾਂ ਜੇ ਸੀ ਦੀ ਵੀ ਗੱਲ ਕਰੀਏ, ਇਹ ਜਿਹੜਾ ਪ੍ਰਸ਼ਾਸਨ ਆ ਜੇ ਜਿੱਥੇ ਵੀ ਉਹਨਾਂ ਨੇ ਜੇ ਸੀ ਵੀ ਆ ਘੇਰੀਆਂ, ਜੇ ਪ੍ਰਸ਼ਾਸਨ ਦਾਮ ਰੱਖਦਾ ਤਾਂ ਉਹਨਾਂ ਨੂੰ ਛੱਡਿਆ ਕਿਉਂ? ਸਾਡੇ ਕਿਸਾਨਾਂ ਨੇ ਉੱਥੇ ਇੱਕ ਜਾਮ, ਵੱਡਾ ਜਾਮ ਆ ਜਿਹੜਾ ਉਹ ਲਾਇਆ, ਅਤੇ ਉਹਨਾਂ ਚਿਰ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਜਿਹੜੀਆਂ ਸਾਡੀਆਂ ਜੇ ਸੀ ਵੀ ਆ ਤੁਸੀਂ ਇੱਥੇ ਘੇਰ ਲਗਾ, ਉਹਨਾਂ ਨੂੰ ਅਸੀਂ ਇੱਥੋਂ ਛੜਾ ਕੇ ਲੈ ਕੇ ਜਾਵਾਂਗੇ। ਔਰ ਉੱਥੇ ਕਿਸਾਨਾਂ ਦੀ ਮੈਂ ਤੁਹਾਨੂੰ ਦੱਸ ਦਿੰਦਾ, ਵੱਡੀ ਜਿੱਤ ਹੋਈ ਆ, ਜਿਹੜੀਆਂ ਜੇ ਸੀ ਵੀ ਮੀਨਾਂ ਅਤੇ ਟਰੈਕਟਰ ਜਿਹੜੇ ਫੜੇ ਸੀ ਉੱਥੋਂ ਕਿਸਾਨਾਂ ਨੇ ਉੱਥੋਂ ਛੜਵਾਏ ਨੇ। ਨਹੀਂ, ਜਥੇਬੰਦੀਆਂ ਵਾਪਸ ਨਹੀਂ ਜਾਣਗੀਆਂ ਜਿੰਨਾ ਚਿਰ ਵੀ ਸਾਡੀਆਂ ਜਿਹੜੀਆਂ ਸ਼ਰਤਾਂ ਨੇ ਉਹ ਉਹਨਾਂ ਨੂੰ ਅਸੀਂ ਜਿਹੜੀਆਂ ਲਾਗੂ ਕਰਾਉਣੀਆਂ ਨੇ, ਜਿੰਨਾ ਚਿਰ ਉਹ ਉੱਥੋਂ ਲਾਗੂ ਨਹੀਂ ਹੁੰਦੀਆਂ ਤਾਂ ਉਹ ਜਥੇਬੰਦੀਆਂ ਉੱਥੋਂ ਵਾਪਸ ਨਹੀਂ ਮੁੜ ਕੇ ਆਉਣਗੀਆਂ। ਪਹਿਲਾਂ ਵੀ ਜਿਹੜੇ ਸਾਡੇ ਕਾਲੇ ਕਾਨੂੰਨ ਆ ਉਹ ਵੀ ਅਸੀਂ ਕਿੰਨਾ ਸਮਾਂ ਬਹਿ ਕੇ ਉੱਥੇ ਰੱਦ ਕਰਵਾਏ ਆ, ਅਤੇ ਹੁਣ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਅਸੀਂ ਉਹਨਾਂ ਨੂੰ ਉੱਥੋਂ ਲਾਗੂ ਕਰਵਾ ਕੇ ਸੀ ਜਿਹੜੇ ਸਾਡੇ ਕਿਸਾਨ ਆਉਣਗੇ। ਲੋਕਤੰਤਰ ਵਿੱਚ ਹਰੇਕ ਉਹਨਾਂ ਨੂੰ ਆਪਣਾ ਪੱਖ ਰੱਖਣਾ ਅਧਿਕਾਰ ਹੈ, ਫਿਰ ਮੋਦੀ ਸਰਕਾਰ ਜਾਂ ਪੰਜਾਬ ਸਰਕਾਰ ਨੇ ਕਿਉਂ ਰੋਕਿਆ? ਮੋਦੀ ਸਰਕਾਰ ਤਾਂ ਜੀ ਇਹ ਜਿਹੜੇ ਕਹਿ ਦਈਏ ਆਪਾਂ ਜਿਹੜੇ ਪੰਜਾਬੀ ਨੇ ਆਪਣੇ ਜਾਂ ਹਰਿਆਣੇ ਦੇ ਵਿੱਚ ਭਰਾ ਬੈਠੇ, ਇਹ ਇੱਕ ਦਸ਼ਮੇਸ਼ ਪਿਤਾ ਜੀ ਦੀ ਜੇ ਆਪਾਂ ਕਹਿ ਸਕਦੇ ਉਹਨਾਂ ਦੇ ਬੱਚੇ ਨੇ ਦਸ਼ਮੇਸ਼ ਪਿਤਾ ਜੀ ਦੇ, ਜਿੰਨੀਆਂ ਵੀ ਉਹਨਾਂ ਨੇ ਜੰਗਾਂ ਲੜੀਆਂ ਉਹਨਾਂ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ। ਮੋਦੀ ਸਰਕਾਰ ਨੂੰ ਐਡਾ ਵੱਡਾ ਉਹਦੇ ਮਨ 'ਚ ਡਰ ਪੈਦਾ ਹੋਇਆ ਵਾ ਵੀ ਜੇ ਇੱਥੇ ਪੰਜਾਬ ਦੇ ਲੋਕ ਜਾਂ ਹਰਿਆਣੇ ਦੇ ਜਿਹੜੇ ਕਿਸਾਨ ਆ ਉਹ ਆ ਜਾਂਦੇ ਆ ਤਾਂ ਉਹਨਾਂ ਦੇ ਮੂਹਰੇ ਇਹਨਾਂ ਦਾ ਕੋਈ ਜ਼ੋਰ ਨਹੀਂ ਚੱਲਦਾ, ਇਸ ਕਰਕੇ ਇਹ ਐਡੇ ਐਡੇ ਜਿਹੜੇ ਪਹਾੜ ਨੇ ਪੱਥਰ ਨੇ ਉਹ ਤਾਂ ਹੀ ਉੱਥੇ ਲਾ ਰਹੇ ਆ ਜਿਹਨਾਂ ਦੇ ਕੋਈ ਮਨ 'ਚ ਡਰ ਆ। ਨਹੀਂ, ਸਾਨੂੰ ਅਧਿਕਾਰ ਆ ਪ੍ਰੋਟੈਸਟ ਕਰਨ ਦਾ, ਅਸੀਂ ਸਿੱਧੇ ਦਿੱਲੀ ਜਾ ਸਕਦੇ ਹਾਂ, ਪਰ ਇਹਨਾਂ ਦੇ ਮਨ ਦੇ ਵਿੱਚ ਮੋਦੀ ਸਰਕਾਰ ਦੇ ਡਰ ਬੈਠਿਆ ਹੋਇਆ ਵੀ ਪੰਜਾਬੀ ਪਤਾ ਨਹੀਂ ਕੀ ਨੇ।
ਆਪਣਾ ਕੀਤਾ ਹੋਇਆ ਵਾਅਦਾ ਕਰਕੇ ਮੁੱਕ ਰਹੀ ਹੈ ਜੀ। ਇਸ ਵਾਰ ਵੀ ਕੇਂਦਰ ਸਰਕਾਰ ਸਮਝੌਤਾ ਕਰਦੀ ਹੈ, ਕੀ ਭਰੋਸਾ ਕੀਤਾ ਜਾ ਸਕਦਾ ਕਿ ਦੁਬਾਰਾ? ਉਹ ਸਾਡੇ ਜਿਹੜੇ ਵੀ ਉੱਥੇ ਆਗੂ ਬੈਠੇ ਨੇ ਉਹਨਾਂ ਦੇ ਜੋ ਵੀ ਲਿਖਤੀ ਰੂਪ ਦੇ ਵਿੱਚ ਜਾਂ ਜਿਸ ਤਰ੍ਹਾਂ ਵੀ ਉਹਨਾਂ ਨੂੰ ਠੀਕ ਲੱਗੂਗਾ ਉਸ ਤਰ੍ਹਾਂ ਤੇ ਵਿਸ਼ਵਾਸ ਕਰਕੇ ਹੀ, ਪਹਿਲਾਂ ਵੀ ਕਾਲੇ ਕਾਨੂੰਨ ਜਦੋਂ ਰੱਦ ਕੀਤੇ ਉਦੋਂ ਵੀ ਉਹਨਾਂ ਨੇ ਪੂਰਾ ਵਿਸ਼ਵਾਸ ਦਵਾਇਆ, ਸਾਡੇ ਜਿਹੜੇ ਉੱਥੇ ਸੀਨੀਅਰ ਆਗੂ ਬੈਠੇ ਆ ਕਹਿ ਸਕਦੇ ਹਾਂ, ਉਹਨਾਂ ਨੂੰ ਜੇ ਕੁਛ ਲੱਗਿਆ ਵੀ ਇਹ ਰੱਦ ਹੋ ਚੁੱਕੇ ਆ ਜਾਂ ਇਹਦੇ ਵਿੱਚ ਜਿਹੜੀਆਂ ਕਮੀਆਂ ਸੀ ਉਹ ਦੂਰ ਹੋ ਚੁੱਕੀਆਂ, ਤਾਂ ਹੀ ਅਸੀਂ ਉੱਥੋਂ ਦਿੱਲੀ ਦੇ ਵਿੱਚੋਂ ਵਾਪਸ ਆਏ ਹਾਂ ਪੰਜਾਬ ਦੇ ਵਿੱਚ। ਇਹ ਜਿਸ ਤਰ੍ਹਾਂ ਵੀ ਸਾਨੂੰ ਸੰਯੁਕਤ ਮੋਰਚੇ ਦੀ ਕਾਲ ਆਉਂਦੀ ਆ ਉਸ ਤਰ੍ਹਾਂ ਹੀ ਆ। ਅੱਜ ਜਿਹੜਾ ਸਾਡਾ ਇੱਥੇ ਬੈਠਣ ਦਾ ਸਮਾਂ ਗਾ ਉਹ ਸ਼ਾਮ 5 ਵਜੇ ਦਾ, 5 ਵਜੇ ਤੱਕ ਅਸੀਂ ਬੈਠਾਂਗੇ, ਔਰ ਸੋਰੀ 4 ਵਜੇ ਤੱਕ, ਜਿਹੜਾ 4 ਵਜੇ ਤੱਕ ਦਾ ਸਮਾਂ ਅਸੀਂ ਇੱਥੇ ਬੈਠਾਂਗੇ। ਉਸ ਤੋਂ ਬਾਅਦ ਜਿਵੇਂ ਵੀ ਸਾਡਾ ਸੰਯੁਕਤ ਮੋਰਚੇ ਨੂੰ ਦੀ ਸਾਨੂੰ ਕਾਲ ਆਉਂਦੀ ਆ ਤਾਂ ਉਸ ਤਰ੍ਹਾਂ ਅਸੀਂ ਸੰਯੁਕਤ ਮੋਰਚੇ ਦੇ ਨਾਲ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ। ਸਾਡੀ ਮੰਗ ਤਾਂ ਇਹੀ ਆ ਵੀ ਜਿਹੜੇ ਵੀ ਸਾਡੇ ਉੱਥੇ ਕਿਸਾਨ ਭਰਾ ਗਏ ਆ, ਇੱਕ ਤਾਂ ਉਹਨਾਂ 'ਤੇ ਜਿਹੜਾ ਤਦਾਦਤ ਕਰ ਰਹੀ ਆ ਪੁਲਿਸ ਉੱਥੋਂ ਦੀ, ਉਹਨਾਂ ਦੇ ਉੱਤੇ ਜਿਹੜੇ ਅਥਰੂ ਗੈਸ ਦੇ ਗੋਲੇ ਆ ਉਹ ਸਿੱਟ ਰਹੀ ਆ, ਇੱਕ ਤਾਂ ਉਹਦਾ ਜਿਹੜਾ ਤਸੱਦਤ ਆ ਉਹ ਬੰਦ ਕਰੇ ਅਤੇ ਜਿਹੜੇ ਸਾਡੇ ਕਿਸਾਨ ਆ ਉਹਨਾਂ ਨੂੰ ਦਿੱਲੀ ਵੱਲ ਜੇ ਉਹਨਾਂ ਦੀ ਮੰਦੀ ਜਿਹੜੀ ਹੈਗੀ ਆ ਦਿੱਲੀ ਵੱਲ ਉਹਨਾਂ ਨੂੰ ਜਾਣ ਦਿੱਤਾ ਜਾਣਾ ਚਾਹੀਦਾ। ਹਾਂਜੀ ਹਾਂਜੀ, ਉਹਨਾਂ ਦੇ ਜਿਹੜੇ ਸਾਡੇ ਕਿਸਾਨ ਨੇ ਉਹ ਜ਼ਖਮੀ ਵੀ ਹੋਏ ਆ, ਪਰ ਸਾਡੇ ਜਿਹੜੇ ਭਰਾ ਨੇ ਉਹਨਾਂ ਦਾ ਦਿਲ ਇੰਨਾ ਵੱਡਾ ਵੀ ਉਹ ਜ਼ਖਮੀ ਹੋਣ ਦੇ ਬਾਵਜੂਦ ਉੱਥੇ ਬੈਠਿਆ। ਉਹ ਕੋਈ ਗੱਲ ਨਹੀਂ ਵੀ ਜਿਵੇਂ ਵੀ ਸਰਕਾਰ ਨਾਲ ਜਿਹੜੇ ਸਾਡੇ ਕਿਸਾਨ ਭਰਾਵਾਂ ਦੇ ਸੱਟਾਂ ਲੱਗੀਆਂ ਜਾਂ ਗੋਲੀਆਂ ਲੱਗੀਆਂ ਉਹ ਜਿਸ ਤਰ੍ਹਾਂ ਵੀ ਨਜਿੱਠਣਾ ਪਿਆ ਉਹਨਾਂ ਨਾਲ ਨਜਿੱਠਾਂਗੇ। ਅੱਜ ਸੰਯੁਕਤ ਮੋਰਚੇ ਦੀ ਕਾਲ ਤੇ ਤੜਕੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਮੁੱਚੀਆਂ ਜਥੇਬੰਦੀਆਂ ਨੇ ਜਿਹੜਾ ਇਹ ਅੱਜ ਇੱਥੇ ਟੂਲ ਪਲਾਜ਼ੇ ਵਾਲਾ ਜਿਹੜਾ ਰੋਡ ਆ ਸਾਰਾ ਪ੍ਰੋਪਰ ਤੌਰ ਤੇ ਇਹ ਬੰਦ ਕਰਕੇ ਰੱਖਿਆ, ਕਿਉਂਕਿ ਜਿਹੜੀ ਸਰਕਾਰ ਆ ਜਿਹੜੇ ਇਹਨਾਂ ਨੇ ਵਾਅਦੇ ਲੈ ਕੇ ਜਿਹੜਾ ਦਿੱਲੀ ਅੰਦੋਲਨ ਸੀ ਉਹਨੂੰ ਇਹਨਾਂ ਨੇ ਮਤਲਬ ਕਿ ਉੱਥੇ ਪੈਂਡਿੰਗ ਕਰਾਤਾ ਸੀ ਵੀ ਜਿਹੜੇ ਇਹ ਕਾਨੂੰਨ ਆ ਇਹ ਅਸੀਂ ਪ੍ਰੋਪਰ ਤੌਰ ਤੇ ਖਤਮ ਕਰ ਦਿਆਂਗੇ। ਜਿਹੜੀ ਮੋਦੀ ਸਰਕਾਰ ਆ ਉਹਦਾ ਘਟੀਆ ਕਾਰਜਕਾਰੀ ਦੇ ਕਾਰਨ ਸਾਨੂੰ ਉਹਨਾਂ ਕਾਨੂੰਨਾਂ ਨੂੰ ਲੈ ਕੇ ਦੂਰੀ ਆਰ ਫੇਰ ਸੜਕਾਂ ਤੇ ਆਉਣਾ ਪਿਆ। ਸਮੁੱਚੇ ਸੰਯੁਕਤ ਮੋਰਚੇ ਨੂੰ, ਭਾਰਤੀ ਕਿਸਾਨ ਜਥੇਬੰਦੀਆਂ ਨੂੰ, ਜਿੰਨਾ ਚਿਰ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਨੂੰ ਸਿਰੇ ਨਹੀਂ ਚੜਾਇਆ ਜਾਂਦਾ ਉਹਨਾਂ ਚਿਰ ਅਸੀਂ ਜਿਹੜੀ ਕੇਂਦਰ ਸਰਕਾਰ ਪੰਜਾਬ ਸਰਕਾਰ ਸੰਯੁਕਤ ਮੋਰਚੇ ਦੀ ਕਾਲ ਤੇ ਪ੍ਰੋਪਰ ਤੌਰ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਤੇ ਜਿਵੇਂ ਸੰਯੁਕਤ ਮੋਰਚੇ ਦੀ ਕਾਲ ਹੋਊ ਉਹਨੂੰ ਅਸੀਂ ਸਿਰੇ ਚੜਾਵਾਂਗੇ। ਮੈਂ ਦਰਸ਼ਨ ਸਿੰਘ ਗੋਗਾ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ। ਅੱਜ ਅਸੀਂ ਸੰਯੁਕਤ ਮੋਰਚੇ ਦੇ ਸੱਦੇ ਤੇ, ਜਿਹੜਾ ਅੱਜ ਭਾਰਤ ਬੰਦ ਦਾ ਸੱਦਾ ਆਇਆ ਉਹਦੇ ਸੱਦੇ ਤੇ ਅਸੀਂ ਸਮੁੱਚੇ ਭਾਰਤ ਨੂੰ ਬੰਦ ਕਰ ਰਹੇ ਹਾਂ। ਸਾਡੇ ਨਾਲ ਸਾਡੀਆਂ ਟ੍ਰੇਡ ਯੂਨੀਅਨਾਂ ਅਤੇ ਸਾਰੇ ਕਿਸਾਨ ਯੂਨੀਅਨ, ਮਜ਼ਦੂਰ ਯੂਨੀਅਨ ਅਤੇ ਮੁਲਾਜ਼ਮ ਜਥੇਬੰਦੀਆਂ ਸਾਰੀਆਂ ਸ਼ਾਮਲ ਆ, ਵਿੱਚ ਆੜ੍ਹਤੀਆਂ ਯੂਨੀਅਨ, ਲੰਬਰਦਾਰ ਯੂਨੀਅਨ ਸਾਰੇ ਸਾਡੇ ਵਿੱਚ ਹਾਜ਼ਰ। ਅੱਜ ਅਸੀਂ ਸਾਰਾ ਭਾਰਤ ਬੰਦ ਕਰਾਂਗੇ, ਚੰਗਾ ਸਹਿਯੋਗ ਮਿਲ ਰਿਹਾ, ਕਿਉਂ ਸ਼ਹਿਰ ਵੀ ਬੰਦ ਹੋਣੇ ਆ ਅਤੇ ਟ੍ਰੈਫਿਕ ਵੀ ਜਾਮ ਕਰਨੀ ਆ। ਅਸੀਂ 11 ਤੋਂ 4 ਵਜੇ ਤਾਈਂ ਉਹ ਟ੍ਰੈਫਿਕ ਜਾਮ ਕਰਾਂਗੇ। ਜਿਹੜਾ ਉੱਥੇ ਕਿਸਾਨਾਂ 'ਤੇ ਲਾਠੀ ਚਾਰਜ ਕਰਿਆ ਜਾਂ ਥਰੂ ਗੈਸਟ ਹੈ ਉਹਦੀ ਅਸੀਂ ਨਿੰਦਿਆ ਕਰਦੇ ਹਾਂ। ਸਾਡੀਆਂ ਮੰਗਾਂ ਇੱਕ ਆ, ਮਸਲਾ ਇੱਕ ਆ, ਅਤੇ ਜਿਹੜਾ ਵਿਚਾਰ ਡੋਡੀ ਆ ਵੱਖਰੇ ਆ। ਜੇ ਉਹ ਸਾਥੀ ਪਹਿਲਾਂ ਵੱਗ ਗਏ ਤਾਂ ਫਿਰ ਉਹਨਾਂ 'ਤੇ ਜਿਹੜਾ ਉਹਨਾਂ ਨੇ ਲੋਕਾਂ ਨੇ ਹਮਲਾ ਕੀਤਾ ਹੈ ਉਹਦੀ ਅਸੀਂ ਨਿਖੇਧੀ ਕਰਦੇ ਹਾਂ। ਸੰਯੁਕਤ ਮੋਰਚੇ ਦੇ ਸੱਦੇ 'ਤੇ ਅੱਜ ਅਸੀਂ ਇਹ ਪ੍ਰੋਗਰਾਮ ਲਾਗੂ ਕੀਤਾ ਹੋਇਆ।